ਫੌਜੀਆ ਦਾ ਵਿਆਹ ਕੀਤਾ ਸੀ ਤੁਸੀਂ? ਪਹਿਲੋ ਕੀਤਾ ਸੀ। ਤੇ ਫਿਰ ਉੱਥੇ ਵਸੀ ਨਹੀਂ ਕੀ ਹੋਇਆ? ਨਹੀਂ ਵਸੀ। ਕਿੰਨੀ ਕਿ ਦੇਰ ਵਸੀ ਹੈ ਉਸ ਘਰ 'ਚ? ਉਹ ਉੱਥੇ ਕੋਈ ਵਸੀ ਮੇਰਾ ਕੋਈ ਸਾਲ। ਮੈਂ ਉਹਨੂੰ ਆਖਿਆ, ਮੈਂ ਕਿਹਾ ਪੁੱਤਰ ਛੱਡ ਦੇ ਖੜਾ ਇੱਥੋਂ ਦਾ। ਉਹਨੇ ਕਿਹਾ ਪਿਓ ਤੂੰ ਜਾ ਸਕਣਾ ਮੈਂ ਨਹੀਂ ਜਾ। ਫੌਜੀਆ ਕਹਿੰਦੀ ਹਾਂ। ਮੈਂ ਕਿਹਾ ਵੀ ਜੇ ਤੂੰ ਅਗਰ ਜਿਹਨੇ ਕੋਲ ਰਹਿਣੀ ਨਹੀਂ ਪਈ ਜਦ ਕੋਲ, ਮੈਂ ਕਿਹਾ ਜੇ ਤੂੰ ਹੱਕ ਨਿਕਾਹ ਕਰਨਾ ਤਾਂ ਹੱਕ ਨਿਕਾਹ ਕਰ ਲੈ, ਕਿਉਂ ਫਿਰ ਬੰਦੇ ਤੇ ਆਪਣਾ ਬੰਦਾ ਹੇਠਾਂ ਮੂੰਹ ਕਰਨ ਜੋਗਾ ਨਹੀਂ ਰਹਿੰਦਾ। ਉਹਨੇ ਆਖਿਆ ਮੈਂ ਨਹੀਂ ਕਰਨਾ, ਮੈਂ ਨਹੀਂ ਕਰਨਾ, ਨਹੀਂ ਕਰਨਾ, ਮੈਂ ਨਿਕਾਹ ਵੀ ਨਹੀਂ ਕਰਨਾ ਤੇ ਮੈਂ ਉਹਦਾ ਖਹਿੜਾ ਵੀ ਨਹੀਂ ਛੱਡਣਾ ਤੇ ਉਹਦੇ ਨਾਲ ਵੀ ਰਹਿਣਾ। ਉੱਥੇ ਹੀ ਰਹਿਣਾ ਹੈ, ਥੋੜੇ ਕੋਈ ਤਾਣਾ ਦਿੱਤਾ ਕੋਈ ਦਿੰਦਾ ਰਹਿੰਦਾ ਸੀ ਤੇ ਉਹ ਤਾਣੇ ਤੋਂ ਬਾਅਦ ਆਉਂ ਕੇ ਦੇ ਕੀ ਪਾਉਂਗੀ ਨੇ ਤੇ ਮਾਰ ਦਿੱਤੀ ਨੇ। ਤੁਸੀਂ ਕੋਸ਼ਿਸ਼ ਕੀਤੀ ਕਿ ਬਾਜ਼ ਆ ਜਾ ਹਟ ਜਾ, ਨਹੀਂ ਮੰਨੀ ਤੁਹਾਡੀ ਗੱਲ ਉਹਨੇ। ਹਾਂ, ਤੁਸੀਂ ਪਰਾਂ ਨੂੰ ਮੂੰਹ ਕਰ ਲਿਆ। ਹਾਂ, ਦੇਖੋ ਨਾ ਤੁਸੀਂ ਇਸ ਟਾਈਮ ਰੋਂਦੇ ਪਏ ਹੋ, ਬੇਟੀ ਸੀਗੀ ਵੀ ਨਾ ਫਰਮਾਨ। ਹਾਂ, ਫੇਰ ਵੀ ਅੱਜ ਰੋ ਰਹੇ ਹੋ ਬੇਟੀ ਨੂੰ, ਆਪ ਹੀ ਲਮਨਾਈਏ। ਹੁਣ ਇਹਨਾਂ ਨੂੰ ਕੋਈ ਮਾਫੀ ਦੀ ਗੁੰਜਾਇਸ਼ ਹੈ ਵੇ? ਕੋਈ ਨਹੀਂ ਹੈ? ਨਹੀਂ। ਇਹ ਤੁਹਾਡੇ ਭਨੇਵੇਂ ਨੂੰ ਪਤਰੀਏ? ਨਾ, ਨਹੀਂ ਨਹੀਂ, ਮੈਂ ਛੱਡਣੀ ਨਹੀਂ। ਇੱਕ ਔਰਤ ਜਾਂ ਤਾਂ ਆਪਣੇ ਸ਼ੌਹਰ ਕੇ ਸਾਥ ਰਹਿ ਸਕਤੀ ਹੈ ਬੰਦ ਘਰ ਮੇਂ, ਜਾਂ ਆਪਣੇ ਬਾਪ ਕੇ ਸਾਥ ਰਹਿ ਸਕਤੀ ਹੈ, ਜਾਂ ਆਪਣੇ ਭਾਈ ਕੇ ਸਾਥ ਰਹਿ ਸਕਤੀ ਹੈ। ਕਜ਼ਨ ਵਗਨ ਕਾ ਕੋਈ ਹਮਾਰੇ ਯਹਾਂ ਕਾਂਸੈਪਟ ਨਹੀਂ ਹੈ। ਯੇ ਅਗਰ ਅਮਜਦ ਕੇ ਸਾਥ ਰਹਿ ਰਹੀ ਥੀ ਤੋ ਕਿਸ ਰਿਸ਼ਤੇ ਸੇ ਰਹਿ ਰਹੀ ਥੀ? ਨਾਜਾਇਜ਼ ਰਿਸ਼ਤੇ ਸੇ ਰਹਿ ਰਹੀ ਥੀ। ਤਾਲੁਕਾਤ ਖਰਾਬ ਥੇ? ਨਾਜਾਇਜ਼ ਤਾਲੁਕਾਤ ਥੇ, ਨਾਜਾਇਜ਼ ਤਾਲੁਕਾਤ ਥੇ ਇਨਕੇ, ਇਸੀ ਵਜ੍ਹਾ ਸੇ ਰਹਿ ਰਹੀ ਥੀ ਔਰ ਇਸੀ ਵਜ੍ਹਾ ਸੇ ਜਾ ਵੀ ਨਹੀਂ ਰਹੀ ਥੀ। ਨਿਕਾਹ ਵਿਕਾਹ ਨਹੀਂ ਕੀਆ? ਕੁਛ ਵੀ ਨਹੀਂ ਥਾ। ਇਸਕਾ ਭਾਈ ਹੈ ਸਗਾ ਕੋਈ ਫੌਜੀਆ ਕਾ? ਇਸਕੇ ਦੋ ਭਾਈ ਹੈ। ਕਜ਼ਨ ਕੀ ਗੈਰਤ ਜ਼ਿਆਦਾ ਜਾਗ ਗਈ ਸਕੇ ਭਾਈ ਸੇ? ਨਹੀਂ ਮਾਨਤੀ ਥੀ ਫੌਜੀਆ ਕਿ ਵੀ ਇਸੀ ਪੇ ਵਜ਼ੀਰ ਥੀ ਕਿ ਮੈਨੇ ਇਧਰ ਹੀ ਰਹਿਣਾ ਔਰ ਅਮਜਦ ਕੇ ਸਾਥ ਹੀ ਰਹਿਣਾ। ਤੋ ਫਿਰ ਹਮਨੇ ਇਸਕੇ ਵਾਲਿਦ ਕੋ ਮੁਦਈ ਬਨਾਇਆ। ਕਿਉਂਕਿ ਮੈਜੋਰਿਟੀ ਕੇਸਿਸ ਮੇਂ ਹਮ ਦੇਖਤੇ ਹੈ ਕਿ ਫੈਮਿਲੀ ਮੇਂ ਸਹੀ ਕੋਈ ਮੁਦਈ ਬਨ ਜਾਏ ਤੋ ਮਹੀਨੇ ਦੋ ਬਾਅਦ ਇੱਕ ਬਿਆਨ ਦੇਤੇ ਹੈ ਔਰ ਕਿੱਸਾ ਖਤਮ ਹੋ ਜਾਤਾ। ਇਸ ਵਕਤ ਬਾਪ ਮੁਦਈ ਬਨਾਇਆ ਲੇਕਿਨ ਉਸਕੇ ਸਾਥ ਹਮਨੇ ਇਸਮੇਂ ਦਫਾ ਇਜਾਦ ਕੀਏ 311 ਜੋ ਕਿ ਗੈਰਤ ਕੇ ਨਾਮ ਪੇ ਕਤਲ ਕੀ ਦਫਾ ਹੈ। ਉਹ ਫਿਰ ਇਸਕੀ ਸੁਲਾ ਨਾਮੇ ਕਾ ਇਖਤਿਆਰ ਇਸਕੇ ਪਾਸ ਮੁਦਈ ਕੇ ਪਾਸ ਨਹੀਂ ਰਹਤਾ। ਅਸਲਾਮੁ ਅਲੈਕੁਮ, ਪ੍ਰੋਗਰਾਮ ਪੁਕਾਰ ਕੇ ਸਾਥ ਮੈਂ ਹੂੰ ਆਪਕੀ ਮੇਜ਼ਬਾਨ ਤਹਮੀਨਾ ਸ਼ੇਖ। दरियाए रावी के किनारे फसलों से मिली फौजिया की लाश। किसी इन्फॉर्मर ने पुलिस को कॉल की कि यहाँ पर एक लाश पड़ी है जवान लड़की की जिसको गोलियां मारकर कत्ल किया गया है। पुलिस फौरन मौके पर पहुंची और जाकर अपने पोस्टमार्टम, अपने टेस्ट और जो तमाम के तमाम पुलिस की जानिब से और कानून के मुताबिक लुआजमात हैं वो तमाम के तमाम किए। और उसके बाद ये जहन में आया कि आखिर इसका वाली वारिस कौन है, अब तक इसका पता करने कोई क्यों नहीं आया। पुलिस ने अपने तौर पर इस पर काम का आगाज किया तो मालूम हुआ कि ये खातून जिसकी उम्र 30 से 32 साल है, ये अपने वालिदैन से, अपने बहन भाइयों से अलहदा किसी एक घर में किसी गैर मर्द के साथ रहती है। पुलिस ने मजीद आगे ट्रेस करना शुरू किया तो पता चला कि आखिर ये इस आदमी के साथ क्यों रहती है, इसका इस आदमी के साथ रिश्ता और नाता क्या है। अफसोस की बात यह है कि बूढ़ा बाप जिसकी उम्र 80 से 85 साल है, वो फौजिया की कब्र पर जाकर फौजिया से ये कहता है, पुत्र तू मैनू हुने मिलना सी जदों मैं तेरे उत्ते मिट्टी पानी सी। उस रोते हुए बाप से आपकी मुलाकात करवाएंगे और इस केस को कैसे ट्रेस किया गया ये तमाम डिटेल्स भी आज के प्रोग्राम में आपको बताएंगे। फौजिया के वालिद साहब मेरे साथ इस टाइम मौजूद हैं, बुजुर्ग शहरी हैं, शरीफ शहरी हैं और ज़ईफ़ुल उम्र भी हैं, तो हम कोशिश करेंगे कि हम इनसे टू द पॉइंट बात करें और इस केस को समझने की कोशिश करें। अस्सलाम वालेकुम। वालेकुम सलाम। बाबा जी की नाम है तुम्हारा? नज़ीर। नज़ीर? हाँ जी। नज़ीर साहब कितनी उम्र है तुम्हारी? मेरी हो गई 80-85 साल। माशाल्लाह, कितने बच्चे ने तुम्हारे? एक ने 11 बच्चे ने। 11 बच्चे ने? बेटियां कितनी ने, बेटे कितने ने? तीन बेटे था, बड़ा बेटा फौत हो गया। सारा बड़ा बेटा फौत हो गया है। अच्छा, बाकी दो ने? दो बेटे ने, बाकी बेटियां ने? बेटियां ने। अच्छा, वो भी आप फौजिया जी, वो भी फौत हो गई। बाबा जी फौजिया दी कितनी उम्र सी? इनदी 30 साल। 30 साल? हां जी। फौजिया दा ब्याह कीता सी तुसी? पहलो कीता सी। अच्छा, ते फिर ओथे वसी नहीं की होया? नहीं वसी। की कोई मसला सी? बस समझ नहीं गलो गल बाहर समझो, वासी वासी इकोरे छोड़ गई है फिर भी नहीं मैं वसना। अच्छा, कितनी की देर वसी है उस घर से? वो उठे तो वसी मेरा का कुछ साल। एक साल? हां। अच्छा, फिर उस तो बाद ਤੁਹਾਡੇ ਕੋਲ ਵਾਪਸ ਆ ਗਈ ਸੀ? हां, ਕੋਲ ਹੀ ਹੁੰਦੀ ਸੀ ਮੇਰੇ। अच्छा, ਤੁਹਾਡੇ ਕੋਲ ਹੁੰਦੀ ਸੀ, ਫਿਰ ਕੀ ਬਣਿਆ? ਫਿਰ ਬੰਨਾ ਕੀ ਏ ਵੀ ਉੱਥੇ ਪਰਾਂ ਹੈਗੇ ਸਾਂ ਤੇ ਮੈਂ 12-13 ਸਾਲ ਹੀ ਦੇ ਬੁਢਿਆ ਹਾਂ ਬੱਚੀ ਕੋ। ਕਿੱਥੇ? ਉੱਥੇ ਪਰ ਠਾੜ ਜਿੱਥੇ ਫੌਤ ਹੋਈ ਏ। अच्छा, ਉੱਥੇ ਤੁਸੀਂ ਵੀ ਰਹਿੰਦੇ ਸੀ? ਅਸੀਂ ਵੀ ਰਹਿੰਦੇ ਸਾਂ।
ਠੀਕ ਹੈ ਉਹ ਕਿਹਦਾ ਘਰ ਸੀ ਉਹ ਹੈਗਾ ਫੋਖਰ ਇੱਥੇ ਆਪਣਾ ਹੰਜਰਾਲ ਦਾ ਠੀਕ ਹੈ ਉਹਦੀ ਪੈਲੀ ਸੀ ਤੇ ਉਹਦੀ ਪੈਲੀ ਤੇ ਮੈਂ ਉੱਥੇ ਸਾਂ ਪਿਓ ਸੀ ਜੀ ਉਸਰੀ ਦੇ ਬਾਬੇ ਜੀ ਠੀਕ ਹੈ ਤੇ ਫਿਰ ਬਾਅਦ ਚ ਫਿਰ ਮੈਂ ਉਹਨੂੰ ਆਖਿਆ ਮੈਂ ਕਿਹਾ ਪੁੱਤਰ ਛੱਡ ਦੇ ਖੜਾ ਇੱਥੋਂ ਦਾ ਅੱਛਾ ਜੀ ਤੇ ਚਲੀ ਗਈ ਕਿੱਥੇ ਔਰ ਪੁੱਤਰਾਂ ਕੋਲ ਦੂਸਰਿਆਂ ਕੋਲ ਪੁੱਤਰਾਂ ਕੋਲ ਪੁੱਤਰਾਂ ਨੂੰ ਆਖਿਆ ਵੀ ਇਹ ਹਾਂ ਅੱਬਾ ਇਹਨੂੰ ਲੈ ਕੇ ਦੇ ਆ ਜਾ ਠੀਕ ਹੈ ਉਹਨੇ ਕਿਹਾ ਪਿਓ ਤੂੰ ਜਾ ਸਕਣਾ ਮੈਂ ਨਹੀਂ ਜਾ ਫੋਜ਼ੀਆ ਕਹਿੰਦੀ ਹਾਂ ਅੱਛਾ ਜੀ ਇਹ 5 ਸਾਲ 6 ਸਾਲ ਹੁੰਦੇ ਜਾਂਦੇ ਨੇ ਬੜਾ ਤਰਲਾ ਮਾਰਿਆ ਪਰ ਉਹ ਕਿਸੇ ਪਾਸੇ ਨਹੀਂ ਲੱਗੀ ਨਹੀਂ ਮੰਨੀ ਗੱਲ ਨਹੀਂ ਮੰਨੀ ਫਿਰ ਉਸਦੀ ਬਾਕੀ ਫਿਰ ਪੁੱਤਰ ਅਸੀਂ ਕਾਂਡੀ ਕਰਦੇ ਹਾਂ ਠੀਕ ਹੈ ਕਾਂਡੀ ਕਰ ਗਏ ਅਸਲੋਂ ਨਾ ਜਾਣਾ ਨਾ ਆਉਣਾ ਅੱਛਾ ਅੱਛਾ ਮੈਨੂੰ ਇਹ ਦੱਸੋ ਬਾਬਾ ਜੀ ਕਿ ਫਿਰ ਕਦੀ ਈਦ ਤੇ ਦਿਨ ਦਿਹਾੜੇ ਮੁਲਾਕਾਤ ਹੁੰਦੀ ਸੀ ਕਿ ਉਹ ਵੀ ਨਹੀਂ ਕਦੀ ਹੋਇਆ ਮੱਥੇ ਲੱਗ ਜਾਂਦੀ ਸੀ ਜਿਸ ਬਾਅਦ ਤੰਗ ਹੋਣਾ ਤੇ ਫਿਰ ਆਖਣਾ ਪਿਓ ਨੂੰ ਮਿਲਾਉਣਾ ਅੱਛਾ ਬਸ ਉਸ ਤੋਂ ਬਾਅਦ ਦੁਨੀਆਂ ਨੇ 10-15 ਮਿੰਟ ਬਹਿਣਾ ਤੇ ਗਈ ਅੱਛਾ ਹੋਰ ਕੋਈ ਨਹੀਂ ਤੇ ਫੌਜੀਆ ਦੀ ਵਾਲਦਾ ਹਯਾਤ ਨੇ ਜ਼ਿੰਦਾ ਨੇ ਨਹੀਂ ਫੌਤ ਹੋ ਗਈ ਫੌਤ ਹੋ ਗਏ ਨੇ 11 ਸਾਲ ਹੋ ਗਏ ਨੇ ਅੱਛਾ ਅੱਛਾ ਬਾਬਾ ਜੀ ਜਦੋਂ ਤੁਹਾਡੇ ਕੋਲ ਆਉਂਦੀ ਸੀ ਕਿਤੇ ਮਿਲਣ ਤੇ ਕੀ ਗੱਲਬਾਤ ਹੁੰਦੀ ਸੀ ਕੋਈ ਗੱਲ ਵੀ ਨਹੀਂ ਕੋਈ ਬਾਤ ਨਹੀਂ ਹੁਣ ਵੀ ਆਖਿਆ ਸੀ ਮੈਂ ਕਿਹਾ ਵੀ ਜੇ ਤੂੰ ਹੋਵੇ ਜਿੰਨੇ ਕੋਲ ਰਹਿਣੀ ਨਹੀਂ ਪਈ ਜੀ ਅੰਬਜਦ ਕੋਲ ਮੈਂ ਕਿਹਾ ਜੇ ਤੂੰ ਹੱਕ ਨਿਕਾਹ ਕਰਨਾ ਤਾਂ ਹੱਕ ਨਿਕਾਹ ਕਰ ਲੈ ਠੀਕ ਹੈ ਕਿਉਂ ਫਿਰ ਬੰਦੇ ਤੇ ਆਪਣਾ ਬੰਦਾ ਹੇਠਾਂ ਮੂੰਹ ਕਰਨੀ ਜੋਗਾ ਨਹੀਂ ਰਹਿੰਦਾ ਸਹੀ ਗੱਲ ਹੈ ਤੇ ਤੂੰ ਕਰ ਲੈ ਉਹਨੇ ਆਖਿਆ ਮੈਂ ਨਹੀਂ ਕਰਨਾ ਮੈਂ ਨਹੀਂ ਕਰਨਾ ਨਹੀਂ ਕਰਨਾ ਮੈਂ ਨਿਕਾਹ ਵੀ ਨਹੀਂ ਕਰਨਾ ਤੇ ਮੈਂ ਉਹਦਾ ਖਹਿੜਾ ਵੀ ਨਹੀਂ ਛੱਡਣਾ ਤੇ ਉਹਦੇ ਨਾਲ ਵੀ ਰਹਿਣਾ ਉੱਥੇ ਹੀ ਰਹਿਣਾ ਹੈ ਅੱਛਾ ਮੁਰਦੇ ਲੈਣ ਰੁਕਦੀ ਬਾਕੀ ਮੈਂ ਪੁੱਤਰਾਂ ਨੂੰ ਆਖਿਆ ਮੈਂ ਕਿਹਾ ਪੁੱਤਰ ਛੱਡ ਦਿਓ ਖਾ ਬੁਰੀ ਗੱਲ ਹੈ ਬੁਰੀ ਗੱਲ ਜੀ ਜਿਹੜਾ ਰੋਜ਼ ਰੋਜ਼ ਜਾ ਕੇ ਤੰਗ ਕਰ ਲੈਣਾ ਫਿਰ ਜੀ ਜੀ ਮੈਂ ਕਿਹਾ ਨਾ ਕਰ ਛੱਡ ਦਿਓ ਅੱਛਾ ਉਹਦੇ ਆਪ ਤੇ ਉਹਨੇ ਛੱਡ ਦਿਓ ਠੀਕ ਹੈ ਬਸ ਉਸ ਤੋਂ ਬਾਅਦ ਅਸੀਂ ਨਹੀਂ ਗਏ ਫਿਰ ਤੁਸੀਂ ਨਹੀਂ ਗਏ ਨਹੀਂ ਅੱਛਾ ਮੈਨੂੰ ਇਹ ਦੱਸੋ ਕਿ ਫੌਜ਼ੀਆ ਜਦੋਂ ਫੌਤ ਹੋਈ ਹੈ ਕਤਲ ਹੋਈ ਹੈ ਹਾਂ ਜੀ ਇਸ ਤੋਂ ਪਹਿਲਾਂ ਜਿਹੜੀ ਆਖਰੀ ਮੁਲਾਕਾਤ ਤੁਹਾਡੀ ਹੋਈ ਹੈ ਉਹ ਕਿੰਨੀ ਦੇਰ ਪਹਿਲੇ ਹੋਈ ਸੀ ਉਹ ਮੇਰਾ ਖਿਆਲ 6 ਮਹੀਨੇ ਦੇ ਅੱਗੇ ਗੱਲ 6 ਮਹੀਨੇ ਪਹਿਲੇ ਕੋਈ ਉਹਨੇ ਗੱਲਬਾਤ ਕੀਤੀ ਸੀ ਸਿਰਫ ਕਾਕਾ ਜਿਹੜਾ ਮੇਰਾ ਫੌਤ ਹੋਇਆ ਹੈ ਨਾ ਜੀ ਉਹਦੇ ਭਰਾ ਤੇ ਖੰਨ ਤੇ ਗਈ ਸਿਚਲੀ ਜਮੇ ਠੀਕ ਹੈ ਬਸ ਉਸ ਤੋਂ ਬਾਅਦ ਮੇਰੇ ਮੱਥੇ ਨਹੀਂ ਲੱਗੀ ਮੱਥੇ ਨਹੀਂ ਲੱਗੀ ਨਹੀਂ ਅੱਛਾ ਕੋਈ ਗੱਲਬਾਤ ਉਹਨੇ ਕੀਤੀ ਹੈ ਕਿ ਮੈਨੂੰ ਕੋਈ ਤੰਗ ਕਰਦਾ ਹੈ ਜਾਂ ਕੋਈ ਰੋਲਾ ਕੋਈ ਝਗੜਾ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਗੱਲਬਾਤ ਨਹੀਂ ਕੀਤੀ ਨਹੀਂ ਅੱਛਾ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਹੈ ਕਿ ਬੇਟੀ ਕਤਲ ਹੋ ਗਈ ਹੈ ਇਹ ਉੱਥੇ ਸਨ ਬੱਚੇ ਮੇਰੇ ਕਿਹੜੇ ਬੱਚੇ ਧੀਆਂ ਮੇਰੀਆਂ ਉੱਥੇ ਹੁੰਦੀਆਂ ਥੱਲੇ ਉਹਦੇ ਕੋਲ ਨੇੜੇ ਹੀ ਠੀਕ ਹੈ ਉਹਨਾਂ ਨੂੰ ਕਿਤੇ ਟੈਲੀਫੋਨ ਦਾ ਕਿਸੇ ਦੱਸਿਆ ਵੀ ਤੁਹਾਡੀ ਭੈਣ ਆਪਣਾ ਕਤਲ ਹੋ ਗਈ ਹੈ ਜੀ ਉਹਨਾਂ ਫਿਰ ਸਾਨੂੰ ਕੀਤਾ 10-11 ਵਜੇ ਟੈਲੀਫੋਨ ਜੀ ਵੀ ਫੌਜੀਆ ਕਤਲ ਹੋ ਗਈ ਠੀਕ ਹੈ ਉਹ ਫਿਰ ਮੇਰਾ ਕਾਕਾ ਜਿਹੜਾ ਕਾਕਾ ਮੇਰਾ ਨਾਲ ਇਹਦੇ ਤੋਂ ਵੱਡੇ ਨੇ ਫਿਰ ਆਖਿਆ ਉਹਨੇ ਕਾਕਾ ਕਿਹਨੂੰ ਕਹਿ ਰਹੇ ਬੇਟੇ ਨੂੰ ਬੇਟੇ ਨੂੰ ਕਿੰਨੀ ਉਮਰ ਹੈ ਕਾਕੇ ਦੀ ਹੈਗੀ ਹੈ ਮੇਰਾ ਖਿਆਲ ਕੋਈ 30 ਸਾਲ ਹੁੰਦੀ ਅੱਛਾ ਠੀਕ ਹੈ ਪਿਆਰ ਨਾਲ ਕਾਕਾ ਕਹਿੰਦੇ ਠੀਕ ਹੈ ਫਿਰ ਤੇ ਉਹਨੂੰ ਫਿਰ ਆਖਿਆ ਵੀ ਇਹਦਾ ਉਹਨੂੰ ਆਖਿਆ ਵੀ ਜਾ ਕੇ ਉਹਨਾਂ ਨੂੰ ਆਹ ਭੈਣਾਂ ਨੂੰ ਵੀ ਉੱਥੇ ਚਲੀਆਂ ਜਾਓ ਉਹ ਕਿਸੇ ਨੇ ਉਹਨਾਂ ਦੱਸਿਆ ਹੀ ਨਹੀਂ ਵੀ ਉੱਥੇ ਮਰੀ ਪਈ ਜਾਂ ਨਹੀਂ ਮਰੀ ਪਈ ਇਹਨਾਂ ਇੱਥੇ ਜਾ ਕੇ ਸਾਰਾ ਰਾਈ ਸੰਭਾਲੀ ਗਈ ਕਿਹਨਾਂ ਨੇ ਪੁਲਿਸ ਵਾਲਿਆਂ ਨੇ ਅੱਛਾ ਪੁਲਿਸ ਵਾਲਿਆਂ ਨੇ ਸਾਂਭਿਆ ਇਹਨਾਂ ਹੀ ਜਾ ਕੇ ਸੰਭਾਲੀ ਅੱਛਾ ਠੀਕ ਹੈ ਤੁਸੀਂ ਕਿੰਨੀ ਦੇਰ ਬਾਅਦ ਉੱਥੇ ਪਹੁੰਚੇ ਪਿੱਛੇ ਬੇਟੀ ਕੋਲ ਨਹੀਂ ਉਹ ਅਸੀਂ ਜਿਸਲੇ ਆਦੀਆਂ ਜ਼ਮਾਨਤਾਂ ਕਰਾ ਕਰੂ ਕਿਤੇ ਫਿਰ ਅਸੀਂ ਮੱਥੇ ਲੱਗੇ ਤੁਸੀਂ ਜ਼ਮਾਨਤ ਕਰਾਈ ਤੁਹਾਡਾ ਕੀ ਕਸੂਰ ਸੀ ਬਸ ਉਹ ਬਦਲੀ ਗਿਆ ਮੇਰਾ ਅਸੀਂ ਨਾ ਤੇ ਭਣੇਵਾਂ ਜੀ ਜਿਹਨਾਂ ਕਤਲ ਕੀਤੀ ਸੀ ਜੀ ਜੋ ਫਿਰ ਸਾਲੇ ਦੀ ਭੈਣਾਂ ਸੀ ਇੱਕ ਮਿੰਟ ਭਾਈ ਕਾ ਬੇਟਾ ਔਰ ਭੈਣ ਕਾ ਬੇਟਾ ਭਰਾ ਦਾ ਮੁੰਡਾ ਤੇ ਹਾਂ ਭਰਾ ਦਾ ਤੇ ਭੈਣ ਦਾ ਬੇਟਾ ਹਾਂ ਉਹਨਾਂ ਤੇ ਵੀ ਪਿਆਰ ਸੀ ਨਾ ਹਾਂ ਉਹਨਾਂ ਉਹਨਾਂ ਦਾ ਰੋਲਾ ਕੀ ਸੀ ਬਾਬਾ ਜੀ ਵੀ ਨਹੀਂ ਉਥੋਂ ਲੰਘਦੇ ਸਨ ਅੱਛਾ ਤੇ ਖੁਰੇ ਕੋਈ ਤਾਣਾ ਦਿੱਤਾ ਕੋਈ ਦਿੰਦਾ ਰਹਿੰਦਾ ਸੀ ਤੇ ਉਹ ਤਾਣੇ ਤੋਂ ਬਾਅਦ ਆਉਂ ਕੇ ਦੇ ਫਿਰ ਕੀ ਪਾਉਂਗੀ ਨੇ ਤੇ ਮਾਰ ਦਿੱਤੀ ਨੇ ਮੈਨੂੰ ਨਾ ਮੇਰੇ ਬੱਚੇ ਨੂੰ ਕਿਸੇ ਨੂੰ ਨਾ ਮੇਰੀ ਬੱਚੀ ਨੂੰ ਨਾ ਮੈਨੂੰ ਕਿਸੇ ਨੂੰ ਕੋਈ ਸਵਾਦ ਦਾ ਪਤਾ ਹੀ ਨਹੀਂ ਅੱਛਾ ਯਾਦ ਆਉਂਦੀ ਹੈ ਆਉਂਦੀ ਫਿਰ ਧੀ ਰਹੇਗੀ ਨਾ ਉਹਨਾਂ ਨੇ ਜੋ ਕੀ ਹੋਣਾ ਧੀ ਯੂ ਸੀ ਭਾਵੇਂ ਜੋ ਵੀ ਹੈ ਤੇ ਬਸ ਹੁਣ ਨਾ ਤਾਂ ਉਹਨੇ ਆਉਣਾ ਪਿਆ
ਨਾ ਗੱਲ ਨਾ ਬਾਤ। ਉਹਨੂੰ ਆਖਿਆ ਮੈਂ ਕਿਹਾ ਪੁੱਤਰ ਕੀਤੀ ਭਰੀ ਜੇ ਇੰਨਾ ਪੁੱਛਿਆ ਜੇ ਨਾ ਦੱਸਿਆ ਜੇ ਪੁੱਤਰ ਮੈਨੂੰ ਤਾਂ ਪੁੱਛ ਲਊਗਾ ਬਈ ਆਪਣਾ ਕੀ ਹਿੱਸਾ ਦੇਣੇ ਆ ਗੱਲ ਦੇ ਬਾਅਦ ਜਦੋਂ ਅਸੀਂ ਕੰਡ ਕੀਤੀ ਖੜੇ ਹਾਂ ਨਵੀਂ ਦੀ ਤੇ ਪਥਰੀ ਦੀ ਗੱਲ ਕਰ ਰਹੇ ਹੋ ਆ ਵੀ ਤੁਸੀਂ ਸਾਨੂੰ ਤਾਂ ਪੁੱਛ ਲਓ ਬਈ ਆ ਗੱਲ ਦੇ ਮਾਮਾ ਜਾਂ ਤਾਇਆ ਹਾਂ ਬਿਲਕੁਲ ਤੇ ਤੁਹਾਨੂੰ ਆਂਦੇ ਅਸੀਂ ਆਂਦੇ ਵੀ ਅਸੀਂ ਜਦੋਂ ਕੰਡ ਕੀਤੀ ਖੜੇ ਹਾਂ ਤੁਸੀਂ ਕੌਣ ਹੋ ਉਹਨੂੰ ਮਾਰਨ ਵਾਲੇ ਸਹੀ ਕਹਿ ਰਹੇ ਡੱਕ ਸਕਦੇ ਲੋਕ ਗੁੱਸਾ ਹੀ ਨਹੀਂ ਪੁੱਤਰ ਪਈ ਭੇਜ ਨਹੀਂ ਆਇਆ ਫਿਰ ਦੱਸਿਆ ਦੱਸਾਇਆ ਹੀ ਨਹੀਂ ਨਾ ਮੇਰੇ ਬੱਚਿਆਂ ਨੂੰ ਕਿਸੇ ਦਿਨ ਤੇ ਨਾ ਮੈਨੂੰ ਬਾਬਾ ਜੀ ਕਹਿੰਦੇ ਨੇ ਕਿ ਬੱਚੇ ਕਿੰਨੇ ਵੀ ਨਾ ਫਰਮਾਨ ਹੋਣ ਕਿੰਨੇ ਵੀ ਭੈਣੇ ਹੋਣ ਗਲਤ ਹਰਕਤਾਂ ਕਰਨ ਮਾਂ ਪਿਓ ਨੂੰ ਫਿਰ ਵੀ ਚੰਗੇ ਲੱਗਦੇ ਨੇ ਨਹੀਂ ਲੱਗਦੇ ਨਹੀਂ ਲੱਗਦੇ ਕਿਉਂ ਤੁਸੀਂ ਕੋਸ਼ਿਸ਼ ਕੀਤੀ ਕਿ ਬਾਜ਼ ਆ ਜਾ ਹਟ ਜਾ ਨਹੀਂ ਮੰਨੀ ਤੁਹਾਡੀ ਗੱਲ ਉਹਨੇ ਤੁਸੀਂ ਪਰਾਂ ਨੂੰ ਮੂੰਹ ਕਰ ਲਿਆ ਦੇਖੋ ਨਾ ਤੁਸੀਂ ਇਸ ਟਾਈਮ ਰੋਂਦੇ ਪਏ ਹੋ ਹਾਲਾਂਕਿ ਤੁਹਾਡੀ ਮੁਲਾਕਾਤ ਵੀ 6 ਮਹੀਨੇ ਪਹਿਲੇ ਹੋਈ ਸੀ ਬੇਟੀ ਸੀਗੀ ਵੀ ਨਾ ਫਰਮਾਨ ਫਿਰ ਵੀ ਅੱਜ ਰੋ ਰਹੇ ਹੋ ਬੇਟੀ ਨੂੰ ਬਸ ਫਿਰ ਜਦੋਂ ਜਾ ਕੇ ਆਪ ਹੀ ਦਫਨਾਈਏ ਆਪ ਹੀ ਦਫਨਾਇਆ ਹੱਥੀ ਦਫਨਾਇਆ ਆਪ ਦੇ ਹੱਥਾਂ ਨਾਲ ਦਫਨਾਇਆ ਅਤੇ ਫਿਰ ਜਿਹਨੇ ਵੇਖਿਆ ਸੀ ਜਦੋਂ ਮਰੀ ਫਿਰ ਉਹਨਾਂ ਆ ਕੇ ਦੱਸਿਆ ਸੀ ਜਿਸ ਦਿਨ ਭੂਰਾ ਸੀ ਭੂਰੇ ਦੇ ਆਏ ਸਾਨੂੰ ਅੱਛਾ ਦੋ ਬੰਦੇ ਅਤੇ ਉਹਨਾਂ ਆ ਕੇ ਦੱਸਿਆ ਸੀ ਵੀ ਆਸ਼ਕ ਅਤੇ ਸੁਭਾਅ ਹਾਂਜੀ ਤੁਹਾਡੀ ਬੇਟੀ ਇਹਨਾਂ ਮਾਰੀ ਕਿਹਨੂੰ ਦੱਸਿਆ ਤੁਹਾਨੂੰ ਦੱਸਿਆ ਸਾਨੂੰ ਮੈਨੂੰ ਦੱਸਿਆ ਉਹਨੇ ਉਹਨੇ ਆਖਿਆ ਮੈਂ ਆਖਿਆ ਤੁਸੀਂ ਅੱਗੇ ਕਿਉਂ ਨਹੀਂ ਮੈਨੂੰ ਦੱਸਿਆ ਉਹਨੇ ਆਖਿਆ ਸੀ ਸਾਨੂੰ ਨਾ ਡਰ ਪਾਇਆ ਸੀ ਅਤੇ ਅਸੀਂ ਨਹੀਂ ਸਹੀ ਆਪਣਾ ਸੀ ਸਾਡੇ ਦੱਸ ਸਕਦੇ ਤੁਹਾਨੂੰ ਕੀ ਕਹਿੰਦੇ ਸੀ ਮਾਰਚ ਵੀ ਜੇ ਸਾਨੂੰ ਦੱਸੇ ਨਾ ਤਾਂ ਤੁਹਾਡਾ ਕੰਮ ਖਰਾਬ ਕਰਾਂਗਾ ਜੀ ਅੱਛਾ ਉਹ ਫਿਰ ਵਿਚਾਰੇ ਡਰਦੇ ਮਾੜੇ ਜੀ ਸਨ ਤਾਂ ਨਹੀਂ ਸਨ ਦੱਸ ਸਕੀ ਉਹ ਫਿਰ ਉੱਥੇ ਪੂਰੇ ਦੇ ਉਹਨਾਂ ਫਿਰ ਦੱਸਿਆ ਮੈਨੂੰ ਅੱਛਾ ਤੂੰ ਫਿਰ ਇਹਨਾਂ ਸਾਹਿਬ ਰਾਣੇ ਕਿਸੇ ਨੇ ਵੇਖਿਆ ਸੀ ਇਹਨਾਂ ਨੂੰ ਮਾਰਦਿਆਂ ਉੱਥੇ ਲੱਗੇ ਜਾਂਦੇ ਸੀ ਉੱਥੇ ਡੰਗਰ ਬੱਛਾ ਜੀ ਉਹ ਚਰਾ ਲੈਂਦੇ ਲੈਂਦੇ ਸਨ ਮੁੱਲ ਠੀਕ ਹੈ ਅਤੇ ਉੱਥੇ ਖੜੇ ਸਨ ਅੱਛਾ ਬਸ ਉੱਥੇ ਖੜੇ ਆਣੇ ਉਹ ਜਿਸ ਵੇਲੇ ਆਖੇ ਤੂੰ ਕੀ ਵੇਹਣਾ ਹੈ ਜਾਓ ਆਪਦਾ ਕੰਮ ਕਰੋ ਠੀਕ ਹੈ ਉਹ ਅੱਗੇ ਘਰੇ ਗਏ ਨੇ ਮਗਰ ਉਹ ਫੈਰ ਹੋਇਆ ਤੂੰ ਫਿਰ ਪਿੱਛੋਂ ਕੋਈ ਬੰਦਾ ਆਇਆ ਤੇ ਉਹਨੇ ਆਖਿਆ ਲੈ ਬਈ ਹੁਣ ਇਹ ਯਾਰ ਫੈਰ ਹੋਇਆ ਤੂੰ ਇਹ ਬਾਬੇ ਜੀ ਦੀ ਧੀ ਨੂੰ ਮਾਰ ਦਿੱਤਾ ਨੇ ਫਲਾਣੇ ਫਲਾਣੇ ਨੇ ਤੁਹਾਨੂੰ ਕੀ ਕਹਿੰਦੇ ਨੇ ਬਾਬਾ ਜੀਰਾ ਹਾਂ ਜੀ ਠੀਕ ਹੈ ਉਹਨੇ ਆਖਿਆ ਵੀ ਉਹਦੀ ਬੱਚੀ ਨੂੰ ਉਹਨਾਂ ਨੇ ਕਤਲ ਕਰ ਦਿੱਤਾ ਅੱਛਾ ਤੇ ਉਹ ਫਿਰ ਇਹਨਾਂ ਨੇ ਸਾਰਾ ਰਾਤ ਚੁੱਕ ਲਿਆਂਦਾ ਫਲ ਹੈ ਸਕੂਲ ਗਈ ਸੀ ਫੌਜੀਆ ਪੜ੍ਹੀ ਸੀ ਥੋੜ੍ਹਾ ਬਹੁਤਾ ਨਹੀਂ ਨਹੀਂ ਪੜ੍ਹੀ ਨਹੀਂ ਕਿਹੜੀ ਹਰਕਤ ਫੌਜੀਆ ਦੀ ਸਭ ਤੋਂ ਚੰਗੀ ਸੀ ਪਿਓ ਨੂੰ ਤਾਂ ਪਤਾ ਹੁੰਦਾ ਹੈ ਨਾ ਬਚਪਨ ਤੋਂ ਪਾਲਿਆ ਹੁੰਦਾ ਹੈ ਬਸ ਇਹੋ ਹੀ ਜੋ ਮੈਂ ਆਖਿਆ ਪੁੱਤਰ ਉਹ ਜਿਹਦੇ ਕੋਲ ਰਹਿੰਦੀ ਸੀ ਉਹਨੇ ਆਖਿਆ ਵੀ ਮੇਰੇ ਨਾਲ ਹੱਕ ਨਿਕਾਹ ਕਰ ਉਸ ਮੁੰਡੇ ਨੇ ਕਿਹਾ ਹਾਂ ਠੀਕ ਹੈ ਉਹਨੇ ਆਖਿਆ ਮੇਰਾ ਪਿਓ ਵੀ ਜਾਂਦਾ ਮੇਰੇ ਭਰਾ ਵੀ ਜਾਂਦੇ ਮੇਰੀਆਂ ਭੈਣਾਂ ਵੀ ਜਾਂਦੀਆਂ ਠੀਕ ਹੈ ਜਿੱਥੇ ਪਿਓ ਮੇਰਾ ਕਹੇਗਾ ਮੈਂ ਉੱਥੇ ਕਰਨਾ ਹੈ ਮੈਂ ਤੇਰੇ ਨਾਲ ਸ਼ਾਦੀ ਨਹੀਂ ਕਰਨੀ ਅਮਜਦ ਕਹਿੰਦਾ ਹਾਂ ਉਹਨੇ ਮੈਂ ਤੇਰੇ ਨਾਲ ਸ਼ਾਦੀ ਨਹੀਂ ਕਰਨੀ ਮੈਂ ਜਿੱਥੇ ਪਿਓ ਆਖੇਦਾ ਜਾਂ ਭਰਾ ਆਖਦੇ ਤਾਂ ਮੈਂ ਉੱਥੇ ਕਰਾਂਗੀ ਫਿਰ ਬਸ ਇਹ ਗੱਲ ਸੁਣੀ ਅਸਾਂ ਅਤੇ ਉਸ ਤੋਂ ਬਾਅਦ ਤੁਹਾਨੂੰ ਦੱਸਿਆ ਨਾ ਨਾ ਮੱਥੇ ਲੱਗੀ ਅਤੇ ਨਾ ਗੱਲ ਦਾ ਬਾਤ ਉਸ ਦਿਨ ਮੱਥੇ ਲੱਗੀ ਜਿਸ ਦਿਨ ਮਿੱਟੀ ਆਪਦੇ ਅਤੇ ਪਾਉਣੀ ਸਕ ਉਸ ਦਿਨ ਮੱਥੇ ਲੱਗੀ ਹੈ ਜਦੋਂ ਮਿੱਟੀ ਉੱਤੇ ਪਵਾਉਣੀ ਸੀ ਬੜੀ ਵੱਡੀ ਗੱਲ ਕਹੀ ਤੁਸੀਂ ਉਸ ਦਿਨ ਫਿਰ ਆਪਣਾ ਕੀ ਸਾਦੇ ਹੈ ਉੱਤੋਂ ਸਾਰੀ ਦਿਹਾੜੀ ਬਾਰਿਸ਼ ਅੱਛਾ ਅਤੇ ਬਾਰਿਸ਼ ਦੇ ਵਿੱਚ ਹੀ ਫਿਰ ਜਾ ਕੇ ਅਤੇ ਦਫਨਾਇਆ ਕੀ ਕਹੋਗੇ ਹੁਣ ਕੀ ਮਤਲਬ ਸਾਰਾ ਕੁਛ ਸਾਡੇ ਸਾਹਮਣੇ ਹੈ ਤੁਸੀਂ ਪੂਰਾ ਹੱਕ ਅਦਾ ਕੀਤਾ ਬਾਪ ਹੋਣ ਦਾ ਮਨਾ ਵੀ ਕੀਤਾ ਫਿਰ ਸਾਰਾ ਕੀਤਾ ਬੜਾ ਤਰਲਾ ਕਿੰਨੀ ਤਕਲੀਫ ਨਾਲ ਗਈ ਹੈ ਬੜਾ ਤਰਲਾ ਕੀਤਾ ਖੁੜੇ ਉਹਨੇ ਵਿਚਾਰੀ ਦੀ ਕਿਸ ਤਰ੍ਹਾਂ ਨਿਕਲੀ ਹੋਵੇਗੀ ਹਾਂ ਜਾਨ ਕਿਵੇਂ ਨਿਕਲੀ ਤੜਫੇ ਤੜਫ ਤੜਫ ਕੇ ਬਾਪ ਵਾਸਤੇ ਬਹੁਤ ਮੁਸ਼ਕਿਲ ਹੈ ਬਸ ਤੁਹਾਨੂੰ ਦੱਸਿਆ ਬੱਚਿਆਂ ਨੂੰ ਦਬਣਾ ਕਫਨ ਦਫਨ ਬਾਪ ਵਾਸਤੇ ਬਹੁਤ ਮੁਸ਼ਕਿਲ ਹੈ ਅਤੇ ਨਾਲ ਸਾਰਾ ਨੂੰ ਆਖਿਆ ਬਈ ਵਾਲੀ ਮਿਹਨਤ ਕਰਨੀ ਆ ਜੀ ਵੀ ਕਿਸੇ ਸਿਰੇ ਚੜਾਉਣਾ ਤਾਂ ਤੁਸੀਂ ਚੜਾਉਣਾ ਹੈ ਜੀ ਹੁਣ ਇਹਨਾਂ ਨੂੰ ਕੋਈ ਮਾਫ਼ੀ ਦੀ ਗੁੰਜਾਇਸ਼ ਹੈ ਵੇ ਕੋਈ ਨਹੀਂ ਹੈ ਨਹੀਂ ਇਹ ਤੁਹਾਡੇ ਭਨੇਵੇਂ ਨੂੰ ਪਥਰੀਏ ਨਾ ਨਹੀਂ ਨਹੀਂ ਮੈਂ ਛੱਡਣੀ ਹੀ ਨਹੀਂ ਬੇਟੀ ਯਾਦ ਆਉਂਦੀ ਹੈ ਬੇਟੀ ਯਾਦ ਆਉਂਦੀ ਚਾਹੀਦੀ ਰਾਤ ਨੂੰ ਯਾਦ ਆਉਂਦੀ ਹੈ
ਕਿਉਂਕਿ ਫਰਕ ਹੋ ਕੇ ਜਦੋਂ ਬੰਦਾ ਰਾਤ ਨੂੰ ਬਹਿੰਦਾ ਹੈ ਤੇ ਫਿਰ ਉਹਨੂੰ ਯਾਦਾਂ ਆਉਂਦੀਆਂ ਨੇ ਸਾਰੇ ਦਿਨ ਦੀਆਂ ਦਿਹਾੜੀ ਦੀਆਂ ਆਉਂਦੀਆਂ ਨੇ ਆਉਂਦੀਆਂ ਕਿਉਂ ਨੇ ਕਿਹੜੀ ਗੱਲ ਸਭ ਤੋਂ ਜ਼ਿਆਦਾ ਯਾਦ ਆਉਂਦੀ ਫੌਜ਼ੀਆ ਦੀ ਜਦੋਂ ਛੋਟੀ ਸੀ ਕੀ ਗੱਲ ਯਾਦ ਆਉਂਦੀ ਹੈ ਬਸ ਉਹ ਮੇਰਾ ਖਿਆਲ ਕੁਛ ਸਾਲ ਡੇਢ ਸਾਲ ਅੱਗੇ ਦੀ ਗੱਲ ਹੈ ਇੱਕ ਦੋ ਸਾਲ ਜੀ ਆਈਏ ਤੇ ਜਿਵੇਂ ਭਰਾ ਨੂੰ ਜੱਫਾ ਨਹੀਂ ਮਾਰੀਦਾ ਹਾਂਜੀ ਮੈਨੂੰ ਐਸਾ ਜੱਫਾ ਮਾਰ ਕੇ ਤਾਂ ਮੋਢੇ ਨਾਲ ਸਿਰ ਲਾਇਆ ਸੀ ਅੱਛਾ ਅਤੇ ਐਸਾ ਕਰਕੇ ਮੇਰੀਆਂ ਚੁੰਮੀਆਂ ਵੀ ਲੈਂਦੀ ਜੀ ਅੱਛਾ ਮੈਂ ਪੁੱਤਰ ਕੀ ਗੱਲ ਹੈ ਕੁਝ ਨਹੀਂ ਆਉਂਦਾ ਸਾਡੀ ਤੂੰ ਮਾਂ ਵੀ ਤੂੰ ਇਹਦੇ ਪਿਓ ਵੀ ਤੂੰ ਹੈ ਜਿਹਨੇ ਕਦੇ ਆਉਣਾ ਹੈ ਉਹਨਾਂ ਦੀ ਗੱਲ ਸਾਨੂੰ ਤਾਂ ਕੁਝ ਨਹੀਂ ਪਰਵਾਹ ਮੈਂ ਕਿਹਾ ਪੁੱਤਰ ਮੈਂ ਤਾਂ ਤੈਨੂੰ ਅਜੇ ਵੀ ਆਖਾਂ ਦਾ ਪੁੱਤਰ ਆਪਦੇ ਪੈਰਾਂ 'ਤੇ ਆਪੇ ਆ ਜਾ ਪਿਛਾਂ ਆ ਜਾ ਠੀਕ ਹੈ ਪਿਛਾਂ ਆ ਪਰ ਨਹੀਂ ਉਹਨੂੰ ਤਾਂ ਦੇਣੀ ਇੱਥੇ ਤੋਂ ਦਿਨ ਹੀ ਮੁੱਕ ਗਏ ਪੂਰੇ ਹੋ ਗਏ ਦਿਨ ਹੀ ਹੁੰਦੇ ਇੱਥੇ ਸਨ ਮਰਨਾ ਹੀ ਉਹਨੇ ਇੱਥੇ ਨਹੀਂ ਤਾਂ ਖੁਰੇ ਆ ਹੀ ਜਾਂਦੀ ਭੈਣਾਂ ਨੇ ਵੀ ਬੜਾ ਤਰਲ ਲਾਇਆ ਭਰਾਵਾਂ ਵੀ ਬੜਾ ਤਰਲਾ ਮਾਰਿਆ ਪਰ ਜਾਈਆਂ ਵੀ ਨਹੀਂ ਆਖੇ ਕਿਸੇ ਦੇ ਨਹੀਂ ਆਖੇ ਕਿਹੜੀ ਭੈਣ ਨਾਲ ਬਹੁਤੀ ਬਣਦੀ ਸੀ ਭੈਣਾਂ ਤੇ ਭੈਣਾਂ ਨਾਲ ਹੁੰਦੀਆਂ ਨੇ ਨਾ ਭਾਵੇਂ ਵੱਖਰੀਆਂ ਹੋ ਜਾਣ ਭਾਵੇਂ ਲੜ ਪੈਣ ਫਿਰ ਵੀ ਭੈਣਾਂ ਦਾ ਭੈਣਾਂ ਨਾਲ ਬੜਾ ਪਿਆਰ ਹੁੰਦਾ ਬਾਹ ਦਾ ਸੁਗਰਾਂ ਨਾਲ ਪਿਆਰ ਦਾ ਸੀ ਉਹਦੇ ਤੋਂ ਵੱਡੀ ਬਾਤਾ ਉਹਦੇ ਨਾਲ ਪਿਆਰ ਦਾ ਜ਼ਿਆਦਾ ਪਿਆਰ ਸੀ ਬਾਤਾ ਸੁਗਰਾਂ ਵਿਆਹੀ ਹੈ ਆ ਵਿਆਹੀ ਬੱਚਿਆਂ ਵਾਲੀ ਵੀ ਬੱਚਿਆਂ ਵਾਲੀ ਹੈ ਹਾਂ ਛੇ ਉਹਦੇ ਬੱਚੇ ਨੇ ਉਹਦੇ ਨਾਲ ਬਾਤਾ ਪਿਆਰ ਸਾ ਕਬਰ 'ਤੇ ਜਾਂਦੇ ਹੋ ਨਾ ਜਾਈਦਾ ਜਾ ਕੇ ਗੱਲਾਂ ਕਰਦੇ ਹੋ ਹੋਰ ਕੀ ਕਹਿੰਦੇ ਹੋ ਕਬਰ 'ਤੇ ਬਹਿ ਕੇ ਨਹੀਂ ਜਾ ਕੇ ਰੁਕ ਗੱਲਾਂ ਪਤਾ ਕਬਰ 'ਤੇ ਜਾ ਕੇ ਕੀ ਗੱਲਾਂ ਕਰਦੇ ਹੋ ਵੀ ਪੁੱਤਰ ਆਇਆ ਹੋਈ ਜਿਹੜਾ ਦਿਨ ਸਾਂ ਜਿਹੜੇ ਆ ਪੂਰੇ ਕਰਕੇ ਦੇ ਹੁਣ ਪਈ ਹਾਂ ਮਿੱਟੀ ਦੇ ਥੱਲੇ ਹਾਂ ਅਤੇ ਜੇ ਪੀਹਾਂ ਆਟਾ ਮੈਂ ਤਾਂ ਖੁਰੇ ਨਾ ਹੀ ਇਸ ਥੱਲੇ ਆਵੇ ਹਾਂ ਮਿੱਟੀ ਦੇ ਜੀ ਅਜੇ ਫਿਰ ਵੀ ਭੈਣਾਂ ਭਰਾਵਾਂ 'ਚ ਲੱਗੀ ਪਏ ਹਾਂ ਕੋਈ ਇੰਨੀ ਉਮਰ ਵੀ ਨਹੀਂ ਹੈ ਹਾਂ ਬਿਲਕੁਲ ਨਹੀਂ ਬਸ ਪੁੱਤਰ ਇਹ ਗੱਲ ਜੇ ਦੇ ਆ ਬਾਤ ਕੀ ਕਰਾਂ ਅਤੇ ਕੀ ਨਾ ਕਰਾਂ ਤੁਹਾਡੇ ਨਾਲ ਅੱਲਾ ਤੁਹਾਨੂੰ ਹੌਸਲਾ ਦੇ ਅੱਲਾ ਸਬਰ ਦੇਵੇ ਤੁਹਾਨੂੰ ਕੱਲਿਆ ਬਹਿ ਕੇ ਲੰਘੀ ਰਹੀ ਦਾ ਧਿਆਨੇ ਜਾਂ ਉਹਦੇ ਜਾਂ ਉਹਦੇ ਭਰਾ ਦੇ ਜਾਂ ਉਹਦੀ ਮਾਂ ਦੇ ਬਸ ਤਿੰਨਾਂ ਜੀਆਂ ਦੇ ਖਿਆਲ ਜੀ ਉਧਾਰ ਲੰਘ ਜਾਂਦੀ ਸਾਰੀ ਰਾਤ ਬਹਿ ਕੇ ਬੈਠੇ ਹਾਂ ਅਤੇ ਜਦੋਂ ਦੀਆਂ ਫੌਤ ਹੋਈਆਂ ਉਦੋਂ ਦਾ ਮੈਂ ਬਿਮਾਰ ਵੀ ਬਾਹਰ ਮੈਂ ਉਦੋਂ ਦਾ ਆਈ ਹੋਇਆ ਬਾਹਰ ਬਿਮਾਰ ਮੈਂ ਉਦੋਂ ਦਾ ਹੀ ਨਾ ਹੋਇਆ ਵਾਂ ਨਹੀਂ ਆਪਿਆਂ ਦੀ ਹੋਸ਼ ਲੈਂਦੀ ਯਾਦ ਆਉਂਦੀ ਹੈ ਹਾਂ ਯਹਾਂ ਪੇ 10-15 ਸਾਲ ਸੇ ਇਸ ਡੇਰੇ ਪੇ ਰਹਿ ਰਹੀ ਹੈ ਉਸ ਡੇਰੇ ਪੇ ਅਮਜਦ ਨਾਮੀ ਸ਼ਖਸ ਕੇ ਸਾਥ ਰਹਿ ਰਹੀ ਜਿਸ ਕੇ ਸਾਥ ਇਸਕਾ ਕੋਈ ਰਿਸ਼ਤਾ ਨਹੀਂ ਹੈ ਇਹ ਵੀ ਪਤਾ ਬਾਤ ਸਾਹਮਣੇ ਆਈ ਕਿ ਇਹ ਆਪਣੇ ਘਰ ਵਾਲੋਂ ਕੀ ਮਰਜ਼ੀ ਕੇ ਖਿਲਾਫ਼ ਇਸਕੇ ਸਾਥ ਰਹਿ ਰਹੀ ਹੈ ਤਬ ਸੇ ਇਸਕੇ ਘਰ ਵਾਲੋਂ ਨੇ ਇਸਕਾ ਬਾਈਕਆਊਟ ਕਰ ਦਿਆ ਔਰ ਇਸਕੋ ਛੋੜ ਦਿਆ ਇਸਕੇ ਹਾਲ ਅਮਜਦ ਨੇ ਬਤਾਇਆ ਕਿ ਇਹ ਬਿਲਕੁਲ ਇਸੀ ਤਰ੍ਹਾਂ ਇਧਰ ਹੀ ਰਹਿ ਰਹੀ ਹੈ ਡੇਰੇ ਪੇ ਔਰ ਹਮ ਦੋਨੋਂ ਮਿਲ ਕੇ ਰਹਿਤੇ ਹਦ ਤੱਕ ਅਮਜਦ ਖੁਦ ਆਪਣੀ ਜਗ੍ਹਾ ਇੱਕ ਸ਼ਾਦੀਸ਼ੁਦਾ ਸ਼ਖਸ ਹੈ ਉਸਕੀ ਔਲਾਦ ਵੀ ਹੈ ਉਸਕੀ ਬੀਵੀ ਅਲੱਗ ਘਰ ਮੇਂ ਰਿਹਾਇਸ਼ ਪਜ਼ੀਰ ਹੈ ਲੇਕਿਨ ਉਸਕਾ ਵੋ ਸਿਰਫ ਡੇਰਾ ਥਾ ਵਹਾਂ ਪੇ ਵੋ ਖੇਤੀਬਾੜੀ ਕਰਨੇ ਕੇ ਲੀਏ ਦਿਨ ਕੇ ਟਾਈਮ ਜਾਤਾ ਥਾ ਆਪਣੀ ਗਾਏ ਭੈਂਸੇ ਰੱਖੀ ਥੀ ਔਰ ਉਸਨੇ ਫੌਜ਼ੀਆ ਜੋ ਮਕਤੂਲਾ ਹੈ ਉਸਨੇ ਵੀ ਵਹਾਂ ਪੇ ਆਪਣੀ ਗਾਏ ਔਰ ਭੈਂਸ ਰੱਖੀ ਹੋਈ ਥੀ ਔਰ ਸਾਥ ਥੋੜ੍ਹੀ ਸੀ ਖੇਤੀਬਾੜੀ ਮੇਂ ਉਸਕਾ ਹਾਥ ਬਟਾਤੀ ਥੀ ਨਹੀਂ ਮਾਨਤੀ ਥੀ ਫੌਜ਼ੀਆ ਕਿ ਵੀ ਇਸੀ ਪੇ ਵਜ਼ੀਰ ਥੀ ਕਿ ਮੈਨੇ ਇਧਰ ਹੀ ਰਹਿਣਾ ਔਰ ਅਮਜਦ ਕੇ ਸਾਥ ਹੀ ਰਹਿਣਾ ਤੋ ਫਿਰ ਹਮਨੇ ਇਸਕੇ ਵਾਲਿਦ ਕੋ ਮਦਈ ਬਣਾਇਆ ਕਿਉਂਕਿ ਮੈਜੋਰਿਟੀ ਕੇਸਿਸ ਮੇਂ ਹਮ ਦੇਖਤੇ ਹੈ ਕਿ ਫੈਮਿਲੀ ਮੇਂ ਸਹੀ ਕੋਈ ਮਦਈ ਬਣ ਜਾਏ ਤੋ ਮਹੀਨੇ ਦੋ ਬਾਅਦ ਇੱਕ ਬਿਆਨ ਦੇਤੇ ਹੈ ਔਰ ਕਿੱਸਾ ਖਤਮ ਹੋ ਜਾਤਾ ਇਸ ਵਕਤ ਬਾਪ ਮਦਈ ਬਣਾਇਆ ਲੇਕਿਨ ਉਸਕੇ ਸਾਥ ਹਮਨੇ ਇਸ ਮੇਂ ਦਫਾ ਇਜਾਦ ਕੀ 311 ਜੋ ਕਿ ਗੈਰਤ ਕੇ ਨਾਮ ਪੇ ਕਤਲ ਕੀ ਦਫਾ ਹੈ ਉਹ ਫਿਰ ਇਸਕੀ ਸੁਲਾਨਾਮੇ ਕਾ ਇਖਤਿਆਰ ਇਸਕੇ ਪਾਸ ਮਦਈ ਕੇ ਪਾਸ ਨਹੀਂ ਰਹਤਾ ਇੰਚਾਰਜ ਇਨਵੈਸਟੀਗੇਸ਼ਨ ਮੌਸਨ ਰਫੀਕ ਸਾਹਿਬ ਮੇਰੇ ਸਾਥ ਇਸ ਟਾਈਮ ਮੌਜੂਦ ਹੈ ਥਾਣਾ ਅੰਜਰਵਾਲ ਮੇਂ ਇਹ ਤਾਇਨਾਤ ਹੈ ਫੌਜ਼ੀਆ ਕੇ ਕਤਲ ਕੋ ਕਿਸ ਤਰ੍ਹਾਂ ਸੇ ਟ੍ਰੇਸ ਕੀਆ ਗਿਆ ਔਰ ਇਸਕੋ ਕਤਲ ਆਖਿਰ ਕਿਉਂ ਕੀਆ ਗਿਆ ਵਜ੍ਹਾ ਅਨਾਥ ਕਿਆ ਥੀ ਇਹ ਤਮਾਮ ਡਿਟੇਲਸ ਹਮ ਜਾਣਤੇ ਹੈ ਮੋਹਸਿਨ ਸਾਹਿਬ ਸੇ ਅਸਲਾਮ ਅਲੈਕੁਮ ਜੀ ਜੀ ਵਾਲਿਕ ਸਲਾਮ ਮੋਹਸਿਨ ਸਾਹਿਬ ਇਹ ਕੇਸ ਰਿਪੋਰਟ ਹੋਤਾ ਹੈ ਜ਼ਾਹਿਰ ਹੈ ਆਪਰੇਸ਼ਨਸ ਮੇਂ ਇੱਕ FIR ਦਰਜ ਹੋਤੀ ਔਰ ਫਿਰ ਆਪ ਲੋਗੋਂ ਕੇ ਪਾਸ ਰੈਫਰ ਹੋਤਾ ਹੈ ਵੋ ਡੇਟ ਕਿਆ ਥੀ 7 ਤਾਰੀਖ ਕੋ 7ਵੇਂ ਮਹੀਨੇ ਕੀ 7 ਤਾਰੀਖ ਕੋ ਇਹ ਇਨਸੀਡੈਂਟ ਹੁਆ ਹੈ ਉਸ ਦਿਨ ਇਹ ਰਿਪੋਰਟ ਹੁਆ ਹੈ ਜਬ 15 ਕੀ ਕਾਲ ਹੋਤੀ ਹੈ ਠੀਕ ਹੈ ਕਿ ਇਹ ਇੱਕ ਮਰਡਰ ਹੁਆ ਹੈ ਇੱਕ ਫੀਮੇਲ ਕਾ ਮਰਡਰ ਹੁਆ ਹੈ ਲੇਕਿਨ ਉਹ ਬਿਲਕੁਲ ਅਨਨੋਨ ਥਾ ਤਬ ਸਹੀ ਕਿ ਕਿਸੇ ਫੀਮੇਲ ਕੀ ਡੈਡ ਬੋਡੀ ਮਿਲੀ ਹੈ ਜਿਸੇ ਫਾਇਰ ਲੱਗੇ ਹੋਏ ਖੇਤੋਂ ਮੇਂ ਪੜੀ ਹੋਈ ਹੈ
उस इंसिडेंट की कॉल पे हम सब जाते हैं, ऑपरेशन वाले जाते हैं, इन्वेस्टिगेशन वाले जाते हैं, मेरे सीनियर अफसरान जी हम खुद भी जाते हैं साथ, ठीक है, मेरे साथ मिलकर मेरे सीनियर ऑफिसर्स भी जाते हैं, ठीक है। इस तरह ये इंसिडेंट रिपोर्ट होगा तो उसके बाद फिर ये FIR दर्ज हुई है। बिल्कुल ठीक है मोहसिन साहब, जब आप लोग गए हैं जाके, जाहिर है जो एक मंझा हुआ पुलिस ऑफिसर होता है, चाहे उसका ताल्लुक ऑपरेशन से है या इन्वेस्टिगेशन से है, वो मौके से, डेड बॉडी के आसपास से, हालातों वाकयात से आधी कहानी समझ जाता है कि मामला हुआ क्या, किस तरह से मर्डर हुआ। तो आप जब गए वकुआ देखने के लिए तो क्या चीज़ें थी जहां से आपको लगा नहीं मामला कुछ और है? जाहिर है ब्लाइंड मर्डर तो था ही। जी बिल्कुल ऐसे ही है, जब पुलिस ऑफिसर जाते हैं मौके पे तो आधे से ज़्यादा केस हमारा सॉल्व हो जाता है मौके को देखकर। जब इसी तरह हम गए, ये दरिया का इलाका है, वहाँ पे ज़मीनें हैं और उसमें डेरे पे ये रहती थी। हमें पता चला ये खातून कौन है, सबसे पहले ये जानना ज़रूरी था कि ये खातून कौन है। हमें पता चला ये जहाँ पे डेड बॉडी पड़ी इसके साथ ही एक डेरा है, वहाँ पे ये आबाद थी, अमजद नामी शख्स के साथ रह रही थी। ओके। उससे हमें उसकी शनाख्त हुई, लेकिन उसके कोई वारिस पास नहीं था, ना ही मौके पे था, ना ही उस दिन सेम डे में कोई वारिस उसका सामने आया, फौजिया का कोई वारिस नहीं सामने आया। सरे दस्त वो सिर्फ हमारे लिए ब्लाइंड मर्डर था कि किसने किया और क्यों किया हमें कुछ पता नहीं था। जब मौके पे गए तो हमें पता चला कि यहाँ पे 10-15 साल से इस डेरे पे रह रही है, उस डेरे पे अमजद नामी शख्स के साथ रह रही है जिसके साथ इसका कोई रिश्ता नहीं है, ठीक है, डायरेक्ट ब्लड रिलेशन नहीं है, कुछ हमें समझ आ गई। गिदो नवाज से मजीद पता जो की तो ये भी पता बात सामने आई कि ये अपने घर वालों की मर्जी के खिलाफ इसके साथ रह रही है, ठीक है। इसके घर वालों ने कोशिश की थी लेकिन ये इसने नहीं बात उनकी घर वालों की मानी, तो उसके बाद इसकी अपनी मर्जी से इधर रह रही है। तब से इसके घर वालों ने इसका बाइकआउट कर दिया और इसको छोड़ दिया इसके हाल। अंदाजन कितने साल हो गए इस मामले को? ये तकरीबन 10 साल के करीब। अच्छा, 10 साल से बाइकआउट है। अच्छा मुझे ये बताइए कि खातून के फायर कहाँ लगे हैं? फायर उसको एक गर्दन पे लगा, 12 बोर के फायर था, उसके शरे होते हैं डिफरेंट, वो चेहरे पे और गर्दन पे, ये ऊपर वाले हिस्से पे लगे। सूरत में लगता है ना? जी ऐसे ही, ठीक है। अच्छा मुझे बताइए कि वहाँ से फिर कॉल वगैरह भी कट्ठे? जी जब हम मौके पे गए तो वहाँ से 12 बोर जो गन होती है उसके हमें फॉल मिले, दो फॉल चलीदा मिले और एक कारतूस मिला, वो हमने कब्जे में लिया, उसकी डेड बॉडी कब्जे में ली, उसको पोस्टमार्टम के लिए हॉस्पिटल भिजवाया, फिर साथ उसकी जो ब्लड वगैरह के सैंपल्स हैं वो लिए, खून आलूद मिट्टी ली, ये सारी चीज़ें ली और फिर मौके से वहाँ से हमने तफ्तीश का अपनी आगाज़ किया। बिल्कुल सही है। ये बताइएगा कि जब आप लोग वकुआ देखने गए थे तो डेड बॉडी कितनी पुरानी थी? इसकी कॉल क्योंकि वहाँ पे नज़दीक कोई घर नहीं है अवेलेबल, ना ही आबादी है वहाँ पे, सुनसान जगह है, दूर दूर कहीं कहीं एक एक डेरा है, तो ये इंसिडेंट के तकरीबन डेढ़ एक घंटे बाद कॉल हुई है और हम तकरीबन 20 से 25 मिनट तक पहुँच गए थे वहाँ पे। हाँ जी ठीक है, बिल्कुल ठीक है। अच्छा ये बताइए फिर तफ्तीश का आगाज़ आपने जाहिर किया और इसको मेच्योर बनाया, बहुत जल्दी मेच्योर कर लिया आपने, कौन सा ऐसा शक था जहाँ से आपने अपनी तफ्तीश का आगाज़ किया? सबसे पहले तो जिसके साथ रह रही थी हमने उसको इंटरोगेट किया, अमजद नामी शख्स के साथ रह रही थी हमने उसको इंटरोगेट किया, उसको हिरासत में लिया, उसको लेकर इंटरोगेट किया, मुकम्मल तफ्तीश की, तो हमारे सामने काफ़ी हालात खुल के सामने हमारे सामने आ चुके थे। अमजद ने बताया कि ये बिल्कुल इसी तरह इधर ही रह रही है डेरे पे और हम दोनों मिल के रहते हैं, हत्ताकि अमजद खुद अपनी जगह एक शादीशुदा शख्स है, उसकी औलाद भी है, उसकी बीवी अलग घर में रहाइश पज़ीर है, लेकिन उसका वो सिर्फ डेरा था, वहाँ पे वो खेती बाड़ी करने के लिए दिन के टाइम जाता था, अपनी गाय भैंसे रखी थी और उसने फौजिया जो मकतूला है उसने भी वहाँ पे अपनी गाय और भैंस रखी हुई थी और साथ थोड़ी सी खेती बाड़ी में उसका हाथ बटाती थी, इस तरह उसके साथ सालों से रह रही थी। ठीक है, जाहिर है इस पर घर वालों को, बहन भाइयों को एतराज़ तो होगा? बिल्कुल ऐसे ही था, उसके भाइयों को, उसके वालदैन को, उसके अजीज़ों कारब को इस बात पे एतराज़ था कि तुम्हारे भाई भी जिंदा हैं, तुम्हारा बाप भी जिंदा है, तुम उनके साथ आके रहो। बिल्कुल, लेकिन ये नहीं मानती थी फौजिया के भी इसी पे वजीद थी कि मैंने इधर ही रहना है और अमजद के साथ ही रहना। बिल्कुल ठीक है। अच्छा आपने इसको कैसे ट्रेस किया, ये तो मैं तफ्तीशी से भी बात करूंगी इस केस के, और मोहसिन साहब आप चूंकि इंचार्ज इन्वेस्टिगेशन है, तमाम हकाइक को जानते हैं, तो मुझे ये बताइए कि फिर फौजिया चूंकि ऑलरेडी 10 साल से अपनी फैमिली के साथ इसका बायकॉट है, तो फिर इसका मुद्दई कौन बना? वक्ती तौर पर क्योंकि इसका कोई वारिस, हकीकी वारिस जब तक ना हो हम किसी को मुदई नहीं बनाते। बिल्कुल, इस पुलिस मुदई बनी थी। हाँ। सबसे पहले पुलिस की मुदैयत में ये FIR हुई है अननोन मुजमान के खिलाफ और अननोन रीजन के की वजह से, तो जब पुलिस मुदई बनी उसके बाद फिर हमने अपनी इन्वेस्टिगेशन स्टार्ट की, हमने अपने अफसरान के नोटिस में सारे हालात लेके आए, फिर तफ्तीश का आगाज़ किया, उसके बाद सबसे पहले हमने अमजद को इंटरोगेट किया, उसके बाद हमने इसके तकरीबन फैमिली मेम्बर्स 25-30 फैमिली मेम्बर्स को हमने इंटरोगेट किया जो इसके वारिस है, जो बाद में सामने आए कि भाई ये इसके वर्से हैं, उनको हमने सामने तफ्तीश किया,
तो उसमें दो बंदे ऐसे थे जो हमने शामिल तफ्तीश होने के लिए उनको कहा था, लेकिन वो शामिल तफ्तीश नहीं हो गए। बाकी सब होते गए। सबसे हमने इंटरोगेट किया, क्रॉस क्वेश्चनिंग भी की अपने। इसमें ज़्यादा रवायती तरीका तफ्तीश हमने इस्तेमाल किया, क्योंकि वहाँ पे सीसीटीवी फुटेजेस नहीं थे। ज़्यादा लोग ये हैं, वो हैं जो मोबाइल यूज़ नहीं करते, जिनके पास मोबाइल का इस्तेमाल उन्हें पता ही नहीं है। बिल्कुल सही। ठीक है, तो हमने रवायती तरीका तफ्तीश इस्तेमाल करते इनसे इंटरोगेशन की। उसमें हमें दो पे शक पड़ा। ठीक है, दो के घर पर जब हमने रेड किया तो वो घरों से मफरूर थे, वो ऑलरेडी घरों से फरार थे। उस पर हमें मजीद छोटी मिली। इसी दौरान मुदई को भी इतला किसी तरफ से मिल गई, उसके के दो अजीज़ों ने बता दिया कि हमने ये भगवा के बाद फलां फलां बंदे को, आशिक और शहबाज, जो कि हकीकत में मकतूला के कज़न है, उन दोनों को इधर से ये भगवा करके जाने के बाद हमने देखा। मोहसिन साहब, आपने बताया कि 25 से 30 इसके रिश्तेदारों को हमने शामिल तफ्तीश किया, जिनमें से दो शामिल तफ्तीश होने के लिए तैयार नहीं थे, बाकी आपके पास पेश हुए। करीबी रिश्तेदारों में कौन कौन था? बाप, भाई, बेटा कौन था? जी, इसका बाप भी है, इसके भाई भी हैं, इसकी बहनें हैं। ठीक है, हाँ जी, इसके बहन भाई और बाप सबसे करीबी जो हैं वो हैं। इसके चचा माम, इसके मामू, इसकी खालाएं, इन सबको हमने इंटरोगेट किया। इन सबको इंटरोगेट किया, तो फिर इसका मुदई कौन बना? फिर उसके बाद अब जब हमें फिर चीज़ सामने आई कि इसमें इसके वालिद या भाइयों का कोई करदार सामने नहीं आया सर इधर, तो फिर हमने इसके वालिद को मुदई बनाया। क्योंकि मेजॉरिटी केसेस में हम देखते हैं कि फैमिली में से ही कोई मुदई बन जाए तो महीने दो बाद एक बयान देते हैं और किस्सा खत्म हो जाता है। नहीं, इसमें ऐसा नहीं होगा इंशाल्लाह। इसमें हमने नॉर्मली ऐसा होता है, लेकिन आपने तो इसको केस को देखा है, तो बाप मुदई है इस टाइम? इस वक्त बाप मुदई बनाया, लेकिन उसके साथ हमने इसमें दफा इजाद किए 311, जो कि गैरत के नाम पे कत्ल की दफा है। वो फिर इसकी सुलहनामे का इख्तियार इसके पास मुदई के पास नहीं रहता। ठीक है जी, हमने वो दफा इजाद की है ताकि ये कल किसी भी स्टेज पे 6 महीने, साल, 2 साल बाद भी अगर सुलह का बयान देंगे तो इनके कहने पर उनको रायत नहीं मिलेगी। बिल्कुल ठीक है, थैंक यू जी, शुक्रिया। एक औरत या तो अपने शौहर के साथ रह सकती है बंद घर में, या अपने बाप के साथ रह सकती है, या अपने भाई के साथ रह सकती है। कजन वजन का कोई हमारे यहाँ कॉन्सेप्ट नहीं है। ये अगर अमजद के साथ रह रही थी तो किस रिश्ते से रह रही थी? नाजायज रिश्ते से रह रही थी। ताल्लुकात खराब थे, नाजायज ताल्लुकात थे इनके, इसी वजह से रह रही थी और इसी वजह से जा भी नहीं रही थी। निकाह विकाह नहीं किया, कुछ भी नहीं था। इसका भाई है सगा कोई फौजिया का? इसके दो भाई हैं। कजन की गैरत ज्यादा जाग गई सके भाई से? ये हो जाता है, ये कोई इतनी बड़ी बात नहीं। हमारे पास केसेस आते रहते हैं, ये इरिटेशन किसी को भी आ सकती है। जो इरिटेट हुआ उसने काम कर दिया, जो नहीं हुआ उसने नहीं किया, तो लोग इनको ताने मारते थे। अच्छा, कि तुम्हारी बहन देखो क्या कर रही है, तुम बेगैरत हो गए, तुम्हारा खून जो है वो थे। इनको ताने मारते, ताने सुन सुन के। इस केस के तफ्तीशी ऑफिसर है रियाज साहब, रियाज साहब से जानते हैं कि कितने दिन लगे इसमें मुलजमान को अरेस्ट करने में। अच्छा, मुझे ये बताइए कि आप जो मुलजमान हैं उन पर आपने रेड्स किए, रेड्स करने के बाद आपने उनको गिरफ्तार किया, अंदाजन कितने रेड्स किए? यूँ समझ लें कि तकरीबन 1 माह लगा हमें इनको रेड करने में, तो 20-25 रेड हुए हैं। ठीक है जी, क्या वजह है, क्यों कत्ल कर दिया, मामला क्या था? मामला ये था कि ये जो लोग हैं ना मेरे मुलजमान, आशिक और शहबाज, ये मछली का शिकार करने अक्सर इधर जैव कुआ के गिरदनुमा में आते थे, दरिया का किनारा है वहाँ पे, ये मछली का शिकार भी करते थे, दीगर शिकार भी, जो मुर्गा भी वगैरह, तो लोग इनको ताने मारते थे। अच्छा, कि तुम्हारी बहन देखो क्या कर रही है, तुम बेगैरत हो गए, तुम्हारा खून जो है वो थे। इनको ताने मारते, तो तानों से तंग आके ना इन दोनों ने, फिर ये दोनों कज़न थे, तो बहनें ही होती हैं हमारे माशरे में, कज़न भी बहन ही होती है। बिल्कुल, तो उनको ये था कि हमारी बहन के बारे में इस तरह लोग बातें बता रहे। अब बहन का ये पोजीशन थी कि वो जाती नहीं थी, पूरी फैमिली के मतलब उसको लेने आए कि आप इसको छोड़ दो हमारे घर में आ जाओ, लेकिन वो नहीं जाती थी। तो फिर तंग आके इन्होंने फिर ये फैसला किया हम इसको बहन को ही ख़त्म कर दें, बहन ख़त्म हो जाएगी, ताने भी ख़त्म हो जाएंगे, गैरत के नाम पर, ऑनर के नाम में ये काम हुआ, प्योरली गैरत के नाम पर। ठीक है, तो कत्ल करने वाले ये दोनों शामिल थे या इनके सहूलतकार और भी थे कोई? नहीं, इसमें एक शूटर है, शहबाज जो है वो हमारा शूटर है केस में, उसने कत्ल किया है, जो सॉरी आशिक जो है ना वो शूटर है, ठीक है, शहबाज जो है वो फैसिलिटेटर है। ठीक है, शहबाज इसको अपनी बाइक पर बैठा के लेके आया और वकूआ के बाद फिर इसको वापस लेके गया। ठीक है, तो आशिक जो है आशिक ने फायर मारे।
ठीक है, जो मेन शूटर हमारा आशिक है। ठीक है, अच्छा रियाज साहब, एक वो शूटर होता है जो डायरेक्ट फायर करता है, जिसे पुलिस की जबान में कहा जाता है कि ये मरकजी मुलजिम है। जी जी। एक वो शूटर होता है जो प्रोफेशनल होता है, जिसको पैसे देके लोग हायर करते हैं कि तुम बंदा कत्ल कराओ, मास्टरमाइंड लोग। जी जी। तो आपका जो शूटर है वो प्रोफेशनल शूटर है या डायरेक्टली? नहीं नहीं, प्रोफेशनल नहीं है, ये इस सेंस में शूटर है कि ये हमारा प्रिंसिपल एक्यूज्ड है। ओके, ठीक है, मेन मुलजिम है हमारा। तो इसने चूंकि उसको फायर करके कत्ल किया है, तो इसलिए हम अपनी लैंग्वेज में इसको शूटर कहते हैं। ये प्रोफेशनल नहीं है, ये आम आदमी है, पहले इसका कोई रिकॉर्ड नहीं है इस तरह का। अच्छा, हमारे माशरे में रियाज साहब, आप माशाल्लाह जमाना शनास इंसान हैं, बावर्दी शख्स को एक आम शख्स की निस्बत एक्सपीरियंस ज़्यादा होता है, क्योंकि डायरेक्टली पार्टीज को डील करना, अच्छे बुरे लोगों से डे में बहुत दफ़ा आप मिलते हैं। जी जी। हमारे यहाँ माशरे में एक औरत या तो अपने शौहर के साथ रह सकती है एक बंद घर में, या अपने बाप के साथ रह सकती है, या अपने भाई के साथ रह सकती है। कजन वजन का कोई हमारे यहाँ कॉन्सेप्ट नहीं है कि कजन के साथ अलग घर में रहना है। ये अगर अमजद के साथ रह रही थी बकौल आपके, तो किस रिश्ते से रह रही थी? नाजायज रिश्ते से रह रही थी। ताल्लुकात खराब थे, नाजायज ताल्लुकात थे, नाजायज ताल्लुकात थे इनके, इसी वजह से रह रही थी और इसी वजह से जा भी नहीं रही थी। ओके, निकाह विकाह नहीं किया, कुछ भी नहीं था। अच्छा अच्छा, मुझे ये बताइए कि इसका भाई है सगा कोई फौजिया का? इसके दो भाई हैं जो हयात हैं, एक रशीद है एक नसीर है, दोनों भाई हैं। तो वो भाई भी बाप के साथ ही सब्र करके बैठ गए थे, वो कई मरतबा लेने आए हैं इसको कि आ जाओ हमारे साथ रहो। ठीक है, एक दो मरतबा लेके भी गए, फिर वापस आके इधर रहने लगती थी, जाती नहीं थी। उम्र कितनी है अंदाजा? 30-32 साल है इसकी। 30-32 साल उम्र है। अच्छा, मुझे ये बताइए कि जो सगा भाई है वो मना भी रहा है, वो लेने भी आया है, वो एफर्ट कर रहा है कि हमारी बहन बाज आ जाए इन हरकतों से। जी जी। लेकिन बदकिस्मती के साथ वो बाज नहीं आई और मौत के घाट चढ़ गई। जी जी। कजन की गैरत ज्यादा जाग गई सके भाई से? इसमें मैडम ये क्वेश्चन जो आपने किया है ना, बहुत अच्छा क्वेश्चन है, यही सबसे पहले पुलिस के माइंड में आया था, हम सबके माइंड में। इस पर हमने इंटेरोगेशन की है, हमने टेक्नोलॉजी इस्तेमाल की है, डिजिटल CDRs वगैरह लिए हैं, तमाम जो इसके करीबी रिश्तेदार थे, जिसमें इसके वालद, इसके दोनों भाई, इसकी बहनें, इनके बहनोई वगैरह, सबको हमने बारी बारी यहाँ पे इंटरोगेट किया। फिर उनके जो स्टेटमेंट्स हैं उनको, उनकी लोकेशन और उसके जो फ़ोन कॉल्स हैं उनसे टैली किया। तो कुल मिला के ये चीज़ सामने आई कि ये लोग इसमें मुलव्वस नहीं हैं। लेकिन हमने ये किया कि हमने इसको फर्दर प्रोटेक्ट करने के लिए इसमें 311 ऐड की है। ठीक है, 311 सेक्शन ऑफ लॉ वो है जिसमें राजीनामा जो है उसका इख्तियार ख़त्म हो जाता है। ठीक है, कोई रिलेटिव राजीनामा नहीं कर सकता। ठीक है, तो उसको हमने प्रोटेक्ट कर दिया है। अगर इनके माइंड में कहीं भी ये बात थी या है, या कोई ऐसा कोई कॉन्स्पायरेसी हुई है इन बिटवीन द एक्यूज्ड पर्सन एंड द पेरेंट्स ऑफ द डिसीज्ड, ठीक है, तो उसको हमने फिनिश कर दिया, 311 लगा दी है, सब कुछ फिनिश है। ठीक है, तो हमने अपनी ज़मीर और कानून के मुताबिक जो बनता था वो हमने कर दिया। हम सेटिस्फाइड हैं कि इफ इवन दे आर इन कॉन्स्पिरेसी विद ईच अदर, ठीक है, दे कैन नॉट बी सक्सेसफुल इन दिस रिगार्ड। बिल्कुल ठीक है, लेकिन सवाल मेरा अभी भी ये है कि भाई से ज्यादा गैरत कजन की कैसे हो गई? ये हो जाता है, ये कोई इतनी बड़ी बात नहीं, हमारे पास केसेस आते रहते हैं। ये इरिटेशन किसी को भी आ सकती है, जो इरिटेट हुआ उसने काम कर दिया, जो नहीं हुआ उसने नहीं किया। हमने वो यही बताते हैं कि उस पर्सन के तंग आ गए थे ताने सुन के। तो वैसे इसका किरदार कैसा है? आप तो इन्वेस्टिगेट करके आए हैं ना वहाँ से, लोग क्या कहते हैं, कैसी खातून थी? नहीं, इधर उधर का किरदार उसका दुरुस्त था, ऐसा नहीं था कि वो उसका लूज करेक्टर नहीं थी, लेकिन इसकी जान नहीं छोड़ी थी अमजद की, अमजद के साथ वो रह रही थी, तो अंडरस्टूड बात है, बहन भाइयों वाला रिश्ता तो कोई नहीं था। ठीक है, अमजद आप कोई माने या ना माने अलग बात है। बिल्कुल, अमजद मैरिड था? मैरिड था, बाल बच्चेदार है, अलहदा घर में, अलग से अलहदा घर में। जी सर, अलहदा घर में। अच्छा, इन्वेस्टिगेशन में क्या कहा आपको, कोई तो बात बताई होगी ना कि भाई क्या मसला? इन्वेस्टिगेशन उसने यही बताया, उसने तो यही बताया कि मेरा कोई नाजायज रिश्ता नहीं था। अच्छा, लेकिन ये जरूर था कि इसके वालदैन आते थे, इसको कहते थे साथ चलो वापस, ये वापस नहीं जाती थी मेरे सामने, वो कहती कई दफ़ा सख्ती से भी उन्होंने कहा कि जाओ मेरे साथ चलो, लेकिन वो जाती नहीं थी। ठीक है, और उसने ये भी बताया कि मेरे साथ भी
इसके जो पेरेंट्स वगैरह थे इसीलिए नाराज़ थे कि मेरे साथ क्यों रह रही है। उसको पता है इस बात का कि सबको ऑब्जेक्शन था उसके रहने पे। नहीं डेफिनेटली, भाई भी नहीं है तो फिर क्या था, क्यों रखा हुआ था घर में। वो कहते हैं हम जिम्मेदार इकट्ठा करते थे मिलके, तो वो जाती नहीं थी। तो ये हम सब लोग समझते हैं कि उसका जायज़ रिश्ता तो नहीं हो सकता। नहीं डेफिनेटली, थैंक यू जी। जी हमारे माशरे में एक जवान लड़की या तो अपने भाई के साथ एक बंद घर में रह सकती है, या अपने शौहर के साथ रह सकती है, या फिर अपने बेटे के साथ रह सकती है। वो खातून वो औरत जो बग़ैर किसी निकाह के और बग़ैर किसी रिश्ते के किसी जवान मर्द के साथ घर में अकेली रहती है, तो माशरा उसे इस चीज़ की इजाज़त नहीं देता। और जब माशरा इस चीज़ की इजाज़त नहीं देता तो फिर उस औरत का हाल कुछ ऐसा होता है कि कभी ना कभी कहीं ना कहीं कुछ सालों के बाद उसकी डेड बॉडी किसी ना किसी खेत से मिलती है, जहां पर वो नामालूम लाश के तौर पर पड़ी होती है। इसके साथ ही अपनी मेज़बान तहमीना शेख को इजाज़त दीजिए। अल्लाह हाफिज़।